ਨੈਕਸਟ ਚੈਪਟਰ ਹੈ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਂਡ ਪੋਟੈਂਸ਼ੀਅਲ એનર્ਜੀ ਗ੍ਰੈਵਿਟੇਸ਼ਨਲ ਫੀਲਡ ਦਾ ਮੀਨਿੰਗ ਕੀ ਹੈ ਦਾ ਸਪੇਸ ਅਰਾਊਂਡ ਐਨੀ ਪੁਆਇੰਟ ਐਨੀ ਆਬਜੈਕਟ ਇਨ ਵਿੱਚ ਇਟਸ ਗ੍ਰੈਵਿਟੇਸ਼ਨਲ ਫੋਰਸ ਆਫ ਅਟਰੈਕਸ਼ਨ ਇਜ਼ ਫੀਲਡ ਜਾਈਸ ਮੈਜ਼ਰ ਕੋਈ ਵੀ ਜਿਹੜੀ ਮਟੀਰੀਅਲ ਬਾਡੀ ਹੈ ਉਸ ਦੇ ਆਲੇ ਦੁਆਲੇ ਵਾਲਾ ਜਿਹੜਾ ਸਪੇਸ ਹੈ ਜਗ੍ਹਾ ਜਿੱਥੇ ਗ੍ਰੈਵਿਟੇਸ਼ਨਲ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਸ ਨੂੰ ਮੈਜ਼ਰ ਕਰ ਸਕਦੇ ਹਾਂ फील्ड है कि ग्रेविटेशनल फील्ड उस है बाद इंटेंसिटी ऑफ द ग्रेविटेशनल फील्ड इंटेंसिटी ऑफ ग्रेविटेशनल फील्ड का मीनिंग की है द फोर्स एक्सपीरियंस यूनिट मास प्लेस्ड एट दैट पॉइंट प्रोवाइडेड द यूनिट मास इट सेल्फ डज नॉट प्रोड्यूस एनी चेंज इन द फील्ड जी कह सकते हो फोर्स एक्सपीरियंस पर यूनिट मास मीन एफ अपॉन एम ईजिक टू ई ਈ ਦੇ ਨਾਲ ਡਿਨੋਟ ਕਰਦੇ ਆ ਤੇ ਇੱਕ ਵੈਕਟਰ ਕੁਆਂਟੀਟੀ ਹੈ ਠੀਕ ਹੈ ਇਸ ਦੇ ਜਿਹੜੇ ਯੂਨਿਟ ਹੈਗੇ ਆ ਐਸ ਆਈ ਸਿਸਟਮ ਵਿੱਚ ਨਿਊਟਨ ਪਰ ਕਿਲੋਗ੍ਰਾਮ ਹੈ ਤੇ ਸੀਜੀਐਸ ਸਿਸਟਮ ਦੇ ਵਿੱਚ ਡਾਇਨ ਪਰ ਗ੍ਰਾਮ ਹੈ ਠੀਕ ਹੈ ਉਸ ਤੋਂ ਬਾਅਦ ਹੈ ਤੁਹਾਡੇ ਕੋਲੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕੀ ਹੈ ऑफ आ पॉइंट ऑफ अ बॉडी एट अ पॉइंट इट डिफाइंड एज अमाउंट ऑफ वर्क डन इन ब्रिंगिंग द बॉडी फ्राम इनफिनिटी टू दैट पॉइंट अगेंस्ट द ग्रेविटेशनल फोर्स सपोज आप किसी भी पॉइंट से ग्रेविटेनल जी पोटेंशियल एनर्जी फाइंड आउट करनी है ठीक है तो उस पॉइंट पर पोटेंशियल एनर्जी की है हम कोई भी चा पॉइंट uh, है गे? ਇਨਫਿਨਿਟੀ ਤੋਂ ਕਿਸੇ ਉਸ ਪੁਆਇੰਟ ਤੇ ਉੱਪਰ ਲੈ ਕੇ ਆਣ ਜਿੱਥੇ ਪੋਟੈਂਸ਼ੀਅਲ એનર્ਜੀ ਫਾਈਂਡ ਆਊਟ ਕਰਨੀ ਹੈ ਤਾਂ ਉੱਥੇ ਆਪਾਂ ਨੂੰ ਕੀਪ ਕਰਨਾ ਪਊਗਾ ਵਰਕ ਡਨ ਕਿਸ ਦੇ ਅਗੇਂਸਟ ਅਗੇਂਸਟ ਦਾ ਗ੍ਰੈਵਿਟੇਸ਼ਨਲ ਫੋਰਸ ਤਾਂ ਉਹ ਹੈਗੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਹੁਣ ਇਸ ਦੇ ਵਿੱਚ ਜਿਹੜੀ ਫੋਰਸ ਲੱਗ ਰਹੀ ਹੈ ਠੀਕ ਹੈ ਗ੍ਰੈਵਿਟੇਸ਼ਨਲ ਫੋਰਸ F GMm x ਦੇ x ਦੀ ਸਕੁਅਰ ਦੇ ਇਕੁਅਲ ਹੈ x ਕੀ ਹੈ ਉਹ ਤੋਂ ਲੈ ਕੇ a ਪੁਆਇੰਟ ਦਾ ਡਿਸਟੈਂਸ ਮੀਨਸ ਉਹ ਸੌਰੀ ਉਹ ਤੋਂ ਲੈ ਕੇ p ਪੁਆਇੰਟ ਤੱਕ ਦਾ ਡਿਸਟੈਂਸ ਮੀਨਸ ਇਨਫਿਨਿਟੀ ਤੋਂ ਆਪਾਂ ਜਿਹੜੀ ਬੋਡੀ ਆ q ਪੁਆਇੰਟ p ਪੁਆਇੰਟ ਤੱਕ ਲੈ ਕੇ ਆਉਣੀ ਹੈ ਠੀਕ ਹੈ ਹੁਣ ਵਰਕ ਡਨ ਸਪੋਜ਼ ਆਪਾਂ p ਪੁਆਇੰਟ ਤੋਂ q ਪੁਆਇੰਟ ਤੱਕ ਆਏ ਮੀਨਸ dx ਜਿਹੜਾ ਡਿਸਟੈਂਸ ਹੈ ਉਹ ਕਵਰ ਕੀਤਾ ਤਾਂ ਉੱਥੇ ਵਰਕ ਡਨ ਕੀ ਹੋਏਗਾ স্মੋਲ ਮੀਨਸ dw ਹੋਏਗਾ ਤਾਂ dw ਦੀ ਵੈਲੀ ਆ ਜਾਏਗੀ gm/x2 dx2 पूरे वर्कडन फाइंड आउट करने के लिए आप इंटीग्रे करा इंटीग्रेस करा डी डबल्यू द इनफिनिटी टू आर दैन इंटीग्रेशन आ जाएगी एक्स द पावर माइनस टू की एक्स द पावर माइनस वन अपॉइन माइनस वन दैट इज इक्व टू माइनस जी एम एम इन टू वन अपॉइन आर माइनस वन अपॉइन इनफिनिटी तो डबल्यू दैली आ जाएगी माइनस जी एम एम अपॉन आर यर्कडन है ਸਟੋਰ ਹੋ ਰਿਹਾ ਇਨਸਾਈਡ ਦਾ ਬਾਡੀ ਐਸ ਇਟਸ ਅ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦੀ ਫਾਰਮ ਦੇ ਵਿੱਚ ਤਾਂ W ਨੂੰ ਆਪਾਂ ਕੀ ਲਿਖਾਂਗੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ U ਦੇ ਕੋਲ U -GMm R ਠੀਕ ਹੈ ਅਗਰ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕਿਸੇ ਵੀ ਬਾਡੀ ਦੇ ਫਾਈਂਡ ਆਊਟ ਕਰਾਂਗੇ ਜਿਹੜੀ H ਡਿਸਟੈਂਸ ਅਬਵ ਹੈਗੀ ਹੈ ਸਰਫੇਸ ਆਫ আর্থ ਦੇ ਨਾਲੋਂ ਤਾਂ ਆਪਾਂ ਕੀ ਹੈ R ਨੂੰ ਲਿਖ ਸਕਦੇ ਹਾਂ ਕੈਪੀਟਲ R H एच कैपीटल आर रेडियस हो गया H height है। उस तो एच हाइट उसद हैगी ग्रेविटेनल पोटेंशियल ग्रेविटेनल पोटेंशियल की है इज डिफाइंड एज अमाउंट ऑफ वर्क डन इन ब्रिंगिंग अ बॉडी ऑफ यूनिट मास फ्रॉम इनफिनिटी टू दैट पॉइंट इनफिनिटी तो के कोई भी जी बॉडी हैगी है मास बॉडी उसने इनफिनिटी तो किसी पॉइंट तक लैके आना जिन्ना वर्कडन हो ग्रेविटेनल पोटेंशील है ਤੇ ਇਸ ਦਾ ਯੂਨਿਟ ਹੈਗਾ ਜਾਉਲ ਪਰ ਕਿਲੋਗ੍ਰਾਮ ਤੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਹੈ ਆਲਵੇਜ਼ ਪੋਜ਼ਿਟਿਵ ਹੀ ਹੋਏਗਾ ਬਟ ਪੋਟੈਂਸ਼ੀਅਲ એનર્ਜੀ ਪੋਜ਼ਿਟਿਵ ਵੀ ਹੋ ਸਕਦੀ ਐਂਡ ਨੈਗੇਟਿਵ ਵੀ ਹੋ ਸਕਦੀ ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲੇ ਐਸਕੇਪ ਵੈਲੋਸਿਟੀ ਵੈਲੋਸਿਟੀ ਐਸਕੇਪ ਵੈਲੋਸਿਟੀ ਕੀ ਹੈ ਦ ਮਿਨੀਮਮ ਵੈਲੋਸਿਟੀ ਰਿਕੁਆਇਰ ਟੂ ਐਸਕੇਪ ਐਨ ਆਬਜੈਕਟ ਫਰਮ ਗ੍ਰੈਵਿਟੇਸ਼ਨਲ ਫੋਰਸ ਗ੍ਰੈਵਿਟੇਸ਼ਨਲ ਫੋਰਸ ਤੋਂ ਐਸਕੇਪ ਕਰਨ ਦੇ ਲਈ ठीक है मिनिमम जिनीम रिक्वायर्ड है है एस्केप विलोसिटी ऑफ बॉडी कंसीडर अर्थ कोई भी अर्थ आप स्पीयर मान के चली जिसका मास है कैपिटल एम है रेडियस कैपिटल आर है तो सपोज दैट द बॉडी ऑफ मास एम इज एट पॉइंट पी सपोज पी पॉइंट के उपर एम मास है ठीक है ਸੈਂਟਰ ਆਫ ਅਰਥ ਅਰਥ ਦੇ ਸੈਂਟਰ ਤੋਂ ਲੈ ਕੇ ਜਿਹੜਾ ਡਿਸਟੈਂਸ ਹੈਗਾ ਪੀ ਪੁਆਇੰਟ ਦਾ ਉਹ ਹੈ ਐਕਸ ਤਾਂ ਜਿਹੜੀ ਫੋਰਸ ਲੱਗ ਰਹੀ ਆ ਓਨ ਦਾ ਬਾਡੀ ਉਹ ਅਰਥ ਦੇ ਨਾਲ ਉਹ ਹੈਗੀ ਹੈ ਗ੍ਰੈਵਿਟੇਸ਼ਨਲ f gm m x² ਤਾਂ ਹੁਣ ਉਹ ਸਪੋਜ਼ ਪਹਿਲਾਂ q ਪੁਆਇੰਟ ਤੇ ਸੀ q ਤੋਂ ਫਿਰ ਜਿਹੜਾ ਵਰਕ ਡਨ ਆਪਾਂ ਕਰਨਾ ਪੋਗਾ ਪੀ ਪੁਆਇੰਟ ਤੱਕ ਆਉਣ ਦੇ ਲਈ ਮੀਨਜ਼ ਉਸ ਨੇ ਕੀ ਹੈ ਡਿਸਪਲੇਸਮੈਂਟ ਕੀਤੀ ਹੈ dx ਤਾਂ dw ਦੀ ਵੈਲੀ ਆ ਜਗੀ f dx ਤਾਂ dw ਆ ਜਾਏਗਾ gmm x2 dx f w ਦੀ ਵੈਲੀ ਆ ਜਗੀ ਇੰਟੀਗ੍ਰੇਸ਼ਨ ਕਰਾਂਗੇ r ਤੋਂ ਲੈ ਕੇ ਇਨਫਾਈਨਾਈਟ ਤੱਕ gmm x2 dx ਤੇ ਲਿਮਿਟਸ ਪੁੱਟ ਕਰਕੇ ਆਪਣੇ ਕੋਲੇ ਆ ਜਗੀ ਵੈਲੀ w ਦੀ gmm r ਅਗਰ ਐਸਕੇਪ ਵੈਲੋਸਟੀ ਇਨਡਿਕੇਟ ਕਰੀਏ ve ਦੇ ਨਾਲ ਤਾਂ ਕਾਈਨੇਟਿਕ એનર્ਜੀ ਹੈਗੀ ਹੈ ਜਿਹੜੀ ਉਹ ਕੀ ਬਣ ਜਾਏਗੀ ਬਾਡੀ ਦੀ 1/2 m v e ਦੀ ਸਕੁਅਰ ਤਾਂ ਆਹ ਵਾਲੀ ਕਿਨੇਟਿਕ એનર્ਜੀ ਨੂੰ ਇਸ ਦੇ ਇਕੁਅਲ ਰੱਖਾਂਗੇ ਥੈਨ v ਦੀ ਵੈਲਿਊ v e ਦੀ ਵੈਲਿਊ ਕੈਲਕੂਲੇਟ ਕਰਾਂਗੇ √2 g m r ਹੁਣ g ਦੀ ਜਿਹੜੀ ਵੈਲਿਊ ਹੈ ਸਮਾਲ c ਦੀ ਵੈਲਿਊ g m r² ਹੈ ਤਾਂ ਕੈਪੀਟਲ g m ਦੀ ਵੈਲਿਊ ਕੈਲਕੂਲੇਟ ਕਰਾਂਗੇ g r² ਤੇ ਪੁੱਟ ਕਰ ਸਕਦੇ ਆ ਜੀ m ਦੀ ਜਗ੍ਹਾ ਤੇ ਥੈਨ v e ਦੀ ਵੈਲਿਊ ਆ ਚੁਗੀ √2 g r ਠੀਕ ਹੈ a ਦੇ ਵਿੱਚ ਆਪਾਂ ਕੀ ਦੇਖ ਸਕਦੇ ਹਾਂ ਐਸਕੇਪ ਜਿਹੜੀ ਵੈਲੋਸਟੀ ਹੈ ਉਹ ਡਿਪੈਂਡ ਨਹੀਂ ਕਰ ਰਹੀ ਮਾਸ ਆਫ ਦਾ ਬੋਡੀ ਦੇ ਉੱਪਰ ਅਗਰ r ਦੀ ਜਗ੍ਹਾ ਦੇ ਉੱਪਰ ਠੀਕ ਹੈ ਕੈਪੀਟਲ r ਦੀ ਜਗ੍ਹਾ ਤੇ ਆਪਾਂ ਸਿਰਫ ਰੇਡੀਅਸ ਪੁੱਟ ਕਰਦੀ ਹੈ ਅਰਥ ਦਾ 640 ਕਿਲੋਮੀਟਰ ਤੇ g ਦੀ ਵੈਲਿਊ 9.8 ਮੀਟਰ ਪਰ ਸੈਕਿੰਡ ਪੁੱਟ ਕੀਤੇ ਕਾਰਨ ਦੇ ਨਾਲ ve ਦੀ ਵੈਲਿਊ ਕਿਹਜੇਗੀ 11.2 ਕਿਲੋਮੀਟਰ ਪਰ ਸੈਕਿੰਡ ਠੀਕ ਹੈ ਅਗਰ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਠੀਕ ਹੈ ਇਹ ਵਾਲੀ ਇਕੁਏਸ਼ਨ ਇੱਥੇ ਦੋਨੇ ਸਾਈਡ ਸਕੁਅਰਿੰਗ ਕਰ ਦਈਏ ਤਾਂ VE ਦੀ ਸਕੁਅਰ ਕੀ ਇਸ ਇਕੁਅਲ ਆ ਜਾਏਗਾ ਡਾਇਮੀਟਰ ਆਫ ਅਰਥ ਮੀਨਸ 2r ਇੰਟੂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਇਕੁਅਲ ਹੁਣ ਅਰਥ ਨੂੰ ਅਪੀਕ ਸਫੀਅਰ ਲੈ ਕੇ ਚੱਲਦੇ ਹਾਂ ਉਸ ਦੀ ਡੈਂਸਿਟੀ ਰੋ ਹੈ ਤਾਂ ਮਾਸ ਕਿੰਨਾ ਆ ਜਾਏਗਾ ਅਰਥ ਦਾ 4/3 ਪਾਈ r³ ਇੰਟੂ ਰੋ ਇਸ ਦੇ ਵਿੱਚ ਇਹ ਵਾਲੀ ਇਕੁਏਸ਼ਨ ਦੇ ਵਿੱਚ कैपिटल एम दी वैल्यू पुट ਕਰਾਂਗੇ देन वी ਦੀ ਵੈਲੀ ਆ ਜਾਏਗੀ 2r √ 2πg r/3 ਇਹ ਐਸਕੇਪ ਵੈਲੋਸਟੀ ਦਾ ਐਕਸਪ੍ਰੈਸ਼ਨ ਹੈ ਇਨ টারਮਸ ਆਫ ਡੈਂਸਟੀ ਐਂਡ ਰੇਡੀਅਸ ਆਫ ਦਾ ਅਰਥ ਦੇ ਨਾਲ